ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਬਿਜਲੀ ਬੋਰਡ ਜਾਣੇ ਕਿ ਪੀਐਸ ਪੀਸੀਐਲ ਵੱਲੋਂ ਆਪਣੇ ਖਪਤਕਾਰਾਂ ਦੇ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਸੋ ਆਓ ਇਸ ਬਾਰੇ ਜਾਣਕਾਰੀ ਲੈਣੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਪੀਐਸ ਪੀਸੀਐਲ ਵੱਲੋਂ ਆਪਣੇ ਕੰਜ਼ਿਊਮਰਜ਼ ਦੇ ਲਈ ਆਪਣੇ ਖਪਤਕਾਰਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਔਰ ਇਸ ਨੂੰ ਲੈ ਕੇ ਲਗਾਤਾਰ ਮੰਗ ਵੀ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਬਿਜਲੀ ਦਾ ਬਿੱਲ ਘਰਾਂ ਦੇ ਵਿੱਚ ਆਉਂਦਾ ਉਸ ਨੂੰ ਪੜਨਾ ਬੜਾ ਮੁਸ਼ਕਲ ਹੁੰਦਾ ਹੈ। ਇਸ ਚੈਨਲ ਦੇ ਉੱਪਰ ਅਸੀਂ ਬਿਜਲੀ ਦੇ ਬਿੱਲ ਨੂੰ ਲੈ ਕੇ ਕੁਝ ਵੀਡੀਓਜ਼ ਵੀ ਜਿਹੜੀਆਂ ਪਾਈਆਂ ਹੋਈਆਂ ਜਿੱਥੋਂ ਕਿ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਆਪਣਾ ਬਿੱਲ ਕਿਸ ਤਰੀਕੇ ਦੇ ਨਾਲ ਕੈਲਕੂਲੇਟ ਕਰ ਸਕਦੇ ਹੋ। ਔਰ ਪੀਐਸਪੀਸੀਐਲ ਵੱਲੋਂ ਇੱਕ ਨਵਾਂ ਉਪਰਾਲਾ ਜਿਹੜਾ ਆਪਣੇ ਖਪਤਕਾਰਾਂ ਦੇ ਲਈ ਕੀਤਾ ਗਿਆ ਹੈ ਕਿ ਜਿਹੜਾ ਉਹ ਬਿੱਲ ਹੈ ਹੁਣ ਉਹ ਪੰਜਾਬੀ ਭਾਸ਼ਾ ਦੇ ਵਿੱਚ ਜਿਹੜਾ ਹੈ ਉਹ ਆਇਆ ਕਰੇਗਾ। ਯਾਨੀ ਕਿ ਇਹ ਵੱਡਾ ਜਿਹੜਾ ਉਪਰਾਲਾ ਬਿਜਲੀ ਵਿਭਾਗ ਵੱਲੋਂ ਕੀਤਾ ਗਿਆ ਹੈ ਕਿ ਘਰਾਂ ਦੇ ਵਿੱਚ ਜੋ ਬਿੱਲ ਆਉਂਦੇ ਨੇ ਜਿਸ ਨੂੰ ਕਿ ਪੜਨਾ ਕਈ ਲੋਕਾਂ ਦੇ ਲਈ ਇੰਗਲਿਸ਼ ਦੇ ਵਿੱਚ ਮੁਸ਼ਕਲ ਹੈ ਹੁਣ ਇੰਗਲਿਸ਼ ਦੀ ਥਾਂ ਤੇ ਪੰਜਾਬੀ ਦੇ ਵਿੱਚ ਜਿਹੜੇ ਬਿੱਲ ਨੇ ਉਹ ਘਰਾਂ ਦੇ ਵਿੱਚ ਆਇਆ ਕਰਨਗੇ ਸੋ ਇਸ ਲਈ ਤੁਹਾਨੂੰ ਕੀ ਕਰਨਾ ਹੋਵੇਗਾ ਤੁਹਾਨੂੰ ਕੁਝ ਨਹੀਂ ਕਰਨਾ ਹੋਵੇਗਾ ਜਦੋਂ ਵੀ ਮੀਟਰ ਰੀਡਰ ਤੁਹਾਡੇ ਘਰ ਬਿੱਲ ਦੇਣ ਆਂਦਾ ਤੁਸੀਂ ਉਹ ਆਪਸ਼ਨ ਜਿਹੜਾ ਹੈ ਉਸ ਨੂੰ ਦੇ ਸਕਦੇ ਹੋ ਯਾਨੀ ਕਿ ਉਹ ਤੁਹਾਨੂੰ ਪੁੱਛੇਗਾ ਕਿ ਤੁਹਾਡਾ ਜਿਹੜਾ ਬਿੱਲ ਹੈ ਉਹ ਤੁਸੀਂ ਪੰਜਾਬੀ ਭਾਸ਼ਾ ਦੇ ਵਿੱਚ ਰਿਸੀਵ ਕਰਨਾ ਜਾਂ ਫਿਰ ਇੰਗਲਿਸ਼ ਭਾਸ਼ਾ ਦੇ ਵਿੱਚ ਸੋ ਪੰਜਾਬੀ ਭਾਸ਼ਾ ਜਿਹੜੀ ਹੈ ਤੁਹਾਡੇ ਵੱਲੋਂ ਕਹਿਣ ਤੇ ਮੀਟਰ ਰੀਡਰ ਜਿਹੜਾ ਤਾਂ ਉਹਨੂੰ ਪੰਜਾਬੀ ਭਾਸ਼ਾ ਦੇ ਵਿੱਚ ਬਿਲ ਦੇਗਾ ਔਰ ਇੰਗਲਿਸ਼ ਭਾਸ਼ਾ ਜਿਹੜੀ ਹੈ ਡਿਫਾਲਟ ਹੋਏਗੀ ਯਾਨੀ ਕਿ ਅਗਰ ਤੁਸੀਂ ਕੋਈ ਵੀ ਆਪਸ਼ਨ ਜਿਹੜਾ ਹੈ ਮੀਟਰ ਰੀਡਰ ਨੂੰ ਨਹੀਂ ਦਿੰਦੇ ਤਾਂ ਇੰਗਲਿਸ਼ ਭਾਸ਼ਾ ਚ ਹੀ ਤੁਹਾਡਾ ਜਿਹੜਾ ਹੈ ਬਿੱਲ ਆਏਗਾ ਸੋ ਇੱਕ ਵੱਡਾ ਉਪਰਾਲਾ ਜਿਹੜਾ ਪੀਐਸਪੀਸੀਐਲ ਵੱਲੋਂ ਕੀਤਾ ਗਿਆ ਹੈ ਕਿ ਜਿਹੜੇ ਬਿੱਲ ਨੇ ਜਿਸ ਦੀ ਮੰਗ ਵੀ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਸੀ ਕਿ ਜਿਸ ਨੂੰ ਪੜ੍ਹਨਾ ਬੜਾ ਮੁਸ਼ਕਲ ਹੁੰਦਾ ਹੈ ਹੁਣ ਉਸ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਜਿਹੜਾ ਹੈ ਉਹ ਛਾਪਿਆ ਜਾਵੇਗਾ ਤੇ ਪੰਜਾਬੀ ਭਾਸ਼ਾ ਹੋਣ ਦੇ ਨਾਲ ਤੁਸੀਂ ਆਪਣੇ ਬਿੱਲ ਨੂੰ ਪੜ੍ਹ ਸਕੋਗੇ ਸਮਝ ਸਕੋਗੇ ਕਿ ਇਸ ਬਿੱਲ ਦੇ ਵਿੱਚ ਕਿਹੜੇ ਕਿਹੜੇ ਚਾਰਜ ਜਿਹੜੇ ਨੇ ਉਹ ਲਗਾਏ ਗਏ ਨੇ ਬਹਰਾਲ ਬਹੁਤ ਸਾਰੇ ਘਰਾਂ ਦੇ ਵਿੱਚ ਇਸ ਵਕਤ 600 ਯੂਨਟਾਂ ਦੀ ਮਾਫੀ ਕਰਕੇ ਬਿੱਲ ਜ਼ੀਰੋ ਆ ਰਿਹਾ ਪਰ ਗਰਮੀਆਂ ਦਾ ਸੀਜ਼ਨ ਜਿਹੜਾ ਕਿ ਆ ਰਿਹਾ ਉਹ ਗਰਮੀਆਂ ਦੇ ਸੀਜ਼ਨ ਦੇ ਵਿੱਚ ਕੁਝ ਨਾ ਕੁਝ ਖਖਤ ਜਿਹੜੀ ਐ ਉਹ ਜ਼ਰੂਰ ਹੋਏਗੀ ਸੋ ਇਸ ਦੇ ਨਾਲ ਤੁਹਾਡੇ ਬਿੱਲ ਵੀ ਜਿਹੜੇ ਨੇ ਉਹ ਆਣਗੇ ਔਰ ਉਸ ਬਿੱਲ ਨੂੰ ਪੜਨ ਦੇ ਲਈ ਸਮਝਣ ਦੇ ਲਈ ਪੰਜਾਬੀ ਪਾਸ਼ਾ ਜਿਹੜੀ ਐ ਤੁਹਾਡੇ ਲਈ ਜ਼ਰੂਰ ਸਹਯੋਗੀ ਹੋਵੇਗੀ ਸਵਾਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਬਾਸ ਇਸੇ ਤਰ੍ਹਾਂ ਜੁੜੇ ਰਹੋ ਇਸੇ ਤਰ੍ਹਾਂ ਸਾਡਾ ਹੌਸਲਾ ਵਧਾਉਂਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ